दस दस तेरी मौत नजदीक है, तुमने जो खालिस्तानियों के खिलाफ जहर उगला है उसका परिणाम तुम्हें भुगतना पड़ेगा। चिट्ठी लिख के जे कहा जाए धमकी हिंदू धर्म के एक मशहूर कथावाचक विकास नूं है जिहड़ी दी जाती है कि एक कटिया हुआ मुर्गे भी है जिहड़ा उत्ते उन्हां दी कार दे उत्ते उह रख के चले जाते हैं। जे विकास दास होर आंदे जी कहा जाए तो कई स्पीचा ने जिहड़ा पहला आईया ने गिया जे कहा जाए कि बकायदा तौर पर नंबर है जिहड़ा नंबर भी है जिहड़ा वह लिख के देखे गए ने। तस्वीर भी देख लो कि आ गड्डी खड़ी है, गड्डी दे कोले जिहड़ी इह शख्स सवेर के समय के दौरान तकरीबन 4 बजे के करीब आते हैं तो विकास दास होर नूं है जिहड़ा धमकी दी जाती है। हालांकि इसनूं पूरे मामले की पुलिस जांच कर रही है। सत श्री अकाल, विकास दास तेरी मौत नज़दीक है, ये चिट्ठी लिख के जे कहा जाए धमकी हिंदू धर्म के एक मशहूर कथावाचक विकास नूं है जिहड़ी दी जाती है। तो हालांकि तुहानूं चिट्ठी दिखा दिंदे आ, चिट्ठी दे विच ये बतौर एक एक ब्यौरा है जिहड़ा ਉਹ ਵੱਡੇ ਤੌਰ ਤੇ ਲਿਖਿਆ ਗਿਆ ਤੇ ਨਾਲ ਨਾਲ ਜੇ ਗੱਲ ਕਿਹਾ ਜਾਵੇ ਤਾਂ ਇਹ ਚਿੱਠੀ ਦੇ ਵਿੱਚ ਤੁਸੀਂ ਦੇਖੋ ਵਿਕਾਸ ਦਾਸ ਜੇ ਕਿਹਾ ਜਾਵੇ ਹਿੰਦੂ ਧਰਮ ਦੇ ਇੱਕ ਮਸ਼ਹੂਰ ਕਥਾਵਾਚਕ ਨੇ ਤੇ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਇਹਨਾਂ ਦੇ ਡੇਰੇ ਵੀ ਹੈਗੇ ਨੇ। ਡੇਰਾਬਸੀ ਡੇਰੇ ਦੀ ਤੁਹਾਨੂੰ ਨਾਲ ਤਸਵੀਰਾਂ ਵੀ ਦਿਖਾ ਰਹੇ ਹਾਂ, ਸੀਸੀਟੀਵੀ ਫੁਟੇਜ ਦੀਆਂ, ਜਦੋਂ ਕਿ ਧਮਕੀ ਦੇਣ ਵਾਸਤੇ ਕੁਝ ਲੋਕ ਉਹਨਾਂ ਦੇ ਉੱਥੇ ਪਹੁੰਚਦੇ ਨੇ। ਇੱਥੋਂ ਤੱਕਰ ਕਿ ਇੱਕ ਕਟਿਆ ਹੋਇਆ ਮੁਰਗੇ ਵੀ ਹੈ ਜਿਹੜਾ ਉਹਦੇ ਉਹਨਾਂ ਦੀ ਕਾਰ ਦੇ ਉੱਤੇ ਉਹ ਰੱਖ ਕੇ ਚਲੇ ਜਾਂਦੇ ਨੇਗੇ ਤੇ ਧਮਕੀ ਦੇ ਨਾਲ ਜਿਹੜੀ ਚਿੱਠੀ ਹੈਗੀ ਹਿੰਦੀ ਦੇ ਵਿੱਚ ਲਿਖੀ ਹੋਈ ਹੈ, ਵਿਕਾਸ ਦਾਸ ਤੇਰੀ ਮੌਤ ਨਜ਼ਦੀਕ ਹੈ, तुमने जो खालिस्तानियों के खिलाफ जहर उगला है उसका परिणाम तुम्हें भुगतना पड़ेगा। यानी कि सीधे तौर दे उत्ते कई जिहड़े शब्द ने बड़ी भद्दी शब्दावली दे विच लिखे गए ने। एक कह जा सकता है कि जदों हालांकि पंजाब पुलिस की सुरक्षा उन्होंने दे दिती गई है तो पुलिस इस पूरे मामले की जांच भी कर रही है, पर जिस तरह के नाल यह मामला सामने आया उस मामले दे विच देखा जा सकता है कि एक हिंदू धर्म के लीडर नूं जिस तरह के नाल टारगेट कराया जाता बकायदा तौर के उत्ते कहा जाए। हालांकि पुलिस इनवैसटीगेट करूगी इस पूरे मामले को लैके। तो विकास दास होर आंदे जी कहा जाए तो कई स्पीचा ने जिहड़ा पहला आईया ने गिया उदू बाद दे विच एक हालांकि खुद विकास दास जिस तरह के नाल कई जगह पर गलबात करते नजर आए ने कि ਪਹਿਲਾਂ ਵੀ ਉਹਨਾਂ ਨੂੰ ਕਈ ਤਰ੍ਹਾਂ ਦੀ ਧਮਕੀ ਆਈਆਂ ਨੇ ਪਰ ਉਹਨਾਂ ਨੇ ਅਣਗੌਲਿਆ ਕਰਤਾ ਤੇ ਉਸੇ ਚੀਜ਼ ਦਾ ਅਣਗੌਲਿਆ ਦਾ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਮੈਂ ਇੰਨਾ ਸੀਰੀਅਸ ਨਹੀਂ ਲਿਆ ਤਾਂ ਉਦੋਂ ਬਾਅਦ ਦੇ ਵਿੱਚ ਗੱਲ ਕਿਤੇ ਨਾ ਕਿਤੇ ਵੱਧਦੀ ਇੱਥੇ ਤੱਕ ਪਹੁੰਚ ਜਾਂਦੀ ਹੈ। ਬਕਾਇਦਾ ਤੌਰ ਤੇ ਤੁਸੀਂ ਹੈਰਾਨ ਮੰਨੋਗੇ ਕਿ ਇੱਕ ਨੰਬਰ ਹੈ ਜਿਹੜਾ ਉਹ ਵੀ ਇਸ ਪੂਰੇ ਮਾਮਲੇ ਦੇ ਵਿੱਚ ਪਤਾ ਨਾ ਤੁਹਾਨੂੰ ਦੱਸ ਦਿੰਦੇ ਆ ਵੀ ਐਫ ਆਈ ਆਰ ਹੈ ਜਿਹੜੀ ਉਹ 23/7/2024 ਦੀ ਦਰਜ ਹੋ ਗਈ ਹੈ, 242 ਨੰਬਰ ਐਫ ਆਈ ਆਰ ਹੈ ਤੇ ਨਾਲ ਜਿਹੜੇ ਹੁਣ ਜੇ ਕਿਹਾ ਜਾਵੇ ਕਿ ਬਕਾਇਦਾ ਤੌਰ ਤੇ ਨੰਬਰ ਹੈ ਜਿਹੜਾ ਨੰਬਰ ਵੀ ਹੈ ਜਿਹੜਾ ਉਹ ਲਿਖ ਕੇ ਦੇ ਕੇ ਗਏ ਨੇਗੇ ਤਾਂ ਹੁਣ ਇਹ ਨੰਬਰ ਜਿਹੜੀ ਸ਼ਿਕਾਇਤ ਹੈ ਯਾਨੀ ਕਿ ਬਕਾਇਦਾ ਤੌਰ ਤੇ ਭੇਜੀ ਗਈ ਹੈਗੀ ਇਹ ਨੰਬਰ ਵੀ ਉਹਨਾਂ ਦੇ ਵੱਲੋਂ ਲਿਖਿਆ ਗਿਆ ਯਾਨੀ ਕਿ ਬੇਖੌਫ ਤਰੀਕੇ ਦੇ ਨਾਲ ਜਿਹਦੇ ਹੁਣ ਤਸਵੀਰਾਂ ਵੀ ਜਿਵੇਂ ਤੁਹਾਨੂੰ ਦਿਖਾ ਦਾਂ ਤਾਂ ਤਸਵੀਰਾਂ ਵੀ ਤੁਸੀਂ ਦੇਖ ਲਓ ਨਾਲ ਨਾਲ ਤੁਹਾਨੂੰ ਖੈਰ ਸਕਰੀਨ ਤੇ ਵੀ ਚਲਾ ਦਾਂਗੇ ਤੇ ਨਾਲ ਨਾਲ ਤਸਵੀਰਾਂ ਵੀ ਦੇਖ ਲਓ ਕਿ ਆਹ ਗੱਡੀ ਖੜੀ ਹੈ, ਗੱਡੀ ਦੇ ਕੋਲੇ ਜਿਹੜੀ ਇਹ ਸ਼ਖਸ ਸਵੇਰ ਦੇ ਸਮੇਂ ਦੇ ਦੌਰਾਨ ਤਕਰੀਬਨ 4 ਵਜੇ ਦੇ ਕਰੀਬ ਆਉਂਦੇ ਨੇ ਤਾਂ ਵਿਕਾਸ ਦਾਸ ਹੋਰਾਂ ਨੂੰ ਹੈ ਜਿਹੜਾ ਧਮਕੀ ਦਿੱਤੀ ਜਾਂਦੀ ਹੈ। ਹਾਲਾਂਕਿ ਹੁਣ ਪੂਰੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ, ਇਨਵੈਸਟੀਗੇਸ਼ਨ ਕਰ ਰਹੀ ਹੈ, ਉਦੋਂ ਬਾਅਦ ਦੇ ਵਿੱਚ ਸੁਰੱਖਿਆ ਦੇ ਤੌਰ ਦੇ ਉੱਤੇ ਉਹਨਾਂ ਨੂੰ ਜਿਹੜਾ ਕਿ ਪੁਲਿਸ ਮੁਲਾਜ਼ਮ ਦੇ ਦਿੱਤੇ ਗਏ ਨੇਗੇ। ਪਰ ਇੰਨੇ ਬੇਖੌਫ ਤਰੀਕੇ ਦੇ ਨਾਲ ਤੇ ਜਿਹੜੇ ਸ਼ਖਸ ਦੀ ਇੱਕ ਚੰਗੀ ਜੇ ਕਿਹਾ ਜਾਵੇ ਉਹਦੀ ਸਾਰੇ ਜਾਣਦੇ ਹੋਣ ਇੱਕ ਫੇਮਸ ਨਾਮ ਹੋਵੇ ਤੇ ਉਹਦੇ ਬਾਵਜੂਦ ਉਹਨੂੰ ਧਮਕੀ ਦੇ ਕੇ ਅਲੱਗ ਅਲੱਗ ਡੇਰੇ ਜਿਸ ਤਰ੍ਹਾਂ ਦੇ ਉਹਦੇ ਨਾਲ ਹੈਗੇ ਨੇਗੇ ਤਾਂ
ਧਮਕੀ ਦਿੱਤੀ ਜਾਂਦੀ ਹੈ ਤਾਂ ਪੁਲਿਸ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਇੱਕ ਪਾਸੇ ਸੁਰੱਖਿਆ ਦੇ ਰਹੀ ਹੈ ਤਾਂ ਜਾਂਚ ਵੀ ਇਹ ਕਰ ਰਹੀ ਹੈ ਕਿਉਂਕਿ ਹਿੰਦੀ ਦੇ ਵਿੱਚ ਲਿਖੀ ਹੋਈ ਚਿੱਠੀ ਹੈ। ਆਮ ਤੌਰ 'ਤੇ ਜੇ ਦੇਖਿਆ ਜਾਵੇ ਫਾਰਮੈਟ ਜਿੰਨੇ ਵੀ ਅਸੀਂ ਪਹਿਲਾਂ ਧਮਕੀਆਂ ਦੇ ਦੇਖੇ ਨੇ ਅਤੇ ਖਾਸ ਤੌਰ 'ਤੇ ਜਿਹੜੇ ਕੱਟੜਪੰਥੀਆਂ ਦੇ ਨਾਲ ਜੋੜੇ ਜਾਂਦੇ ਨੇ ਤਾਂ ਉਹ ਕਿਤੇ ਨਾ ਕਿਤੇ ਪੰਜਾਬੀ ਭਾਸ਼ਾ 'ਚ ਹੁੰਦੇ ਨੇ, ਪਰ ਹਿੰਦੀ ਦੇ ਵਿੱਚ ਜਿਵੇਂ ਧਮਕੀ ਦਿੱਤੀ ਗਈ ਹੈ ਅਤੇ ਬਕਾਇਦਾ ਤੌਰ ਦੇ ਉੱਤੇ ਜਿਹੜਾ ਵੀਡੀਓ ਸਾਹਮਣੇ ਆਇਆ CCTV ਜਿਹਦੇ ਵਿੱਚ ਸਵੇਰ ਦੇ ਸਮੇਂ ਦੇ ਦੌਰਾਨ ਜਿਹੜੇ ਕੁਝ ਸ਼ਖਸ ਉੱਥੇ ਘੁੰਮਦੇ ਦਿਖਾਈ ਦਿੰਦੇ ਨੇ ਗੇ, ਇੱਕ ਲਿਫਾਫੇ ਦੇ ਵਿੱਚ ਕਟਿਆ ਹੋਇਆ ਮਾਸ ਹੈ ਜਿਹੜਾ ਉਹ ਰੱਖ ਕੇ ਜਾਂਦੇ ਨੇ ਗੇ, ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ। ਮਾਮਲਾ ਕਹਿ ਸਕਦੇ ਹਾਂ ਚਿੰਤਾਜਨਕ ਹੈ ਅਤੇ ਵਿਕਾਸ ਦਾਸ ਹੋਰ ਜਿਵੇਂ ਕਹਿੰਦੇ ਨੇ ਵੀ ਜਿਹੜੇ ਹੁਣ ਪਹਿਲਾਂ ਦੀ ਵੀ ਹੋ ਸਕਦਾ ਵੀ ਜਾਂਚ ਕਰੇ ਪੁਲਿਸ ਵੀ ਪਹਿਲਾਂ ਵੀ ਕਿਸ ਤਰ੍ਹਾਂ ਦੇ ਨਾਲ ਧਮਕੀਆਂ ਆਉਂਦੀਆਂ ਰਹੀਆਂ ਨੇ ਅਤੇ ਕਿਸ ਲਿਹਾਜ਼ੇ ਦੇ ਨਾਲ ਆਖਿਰਕਾਰ ਵਿਕਾਸ ਦਾਸ ਨੇ ਪਹਿਲਾਂ ਜਾਣਕਾਰੀ ਦਿੱਤੀ ਨਹੀਂ ਦਿੱਤੀ ਜਾਂ ਕੌਣ ਲੋਕ ਸੀ ਜਾਂ ਫਿਰ ਉਹ ਰੁਟੀਨ ਦਾ ਇੱਕ ਪ੍ਰੋਸੈਸ ਸੀਗਾ, ਸਾਰੀਆਂ ਚੀਜ਼ਾਂ ਨੂੰ ਹੁਣ ਪੁਲਿਸ ਹੈ ਜਿਹੜੀ ਉਹ ਗੰਭੀਰਤਾ ਦੇ ਨਾਲ ਘੋਖ ਰਹੀ ਆ। ਸੀਨੀਅਰ ਵੀਡੀਓ ਲਿਸਟ ਬਿੰਤੇ ਦੇ ਨਾਲ ਸਮਿਤ ਸਿੰਘ ਰੋਜ਼ਾਨਾ ਸਪੋਸਨ TV।